ਮੇਰੇ ਵੱਲੋਂ ਸਾਰੀਆਂ ਮਾਵਾਂ ਪੈਣਾ ਤੇ ਜਾਤਕਾਂ ਤੇ ਬਜ਼ੁਰਗਾਂ ਤੇ ਮਾਈਆਂ ਨੂੰ ਅਸਮਸੀਦਾ ਸਲਾਮ ਅੱਜ ਫਿਰ ਹਾਜ਼ਰ ਹੋਇਆ ਮਾਂ ਪ੍ਰੋਗਰਾਮ ਲੈ ਕੇ ਅੱਜ ਦੀ ਗੱਲ ਅੱਜ ਦੀ ਗੱਲ ਮੈਂ ਇਹਦੇ ਨਾਲ ਇਹ ਗੱਲ ਮੈਂ ਜ਼ਰੂਰ ਬੜੀ ਕੜੰਗੀ ਜੀ ਕਰ ਲਗਾਵਾ ਤੇ ਹੈਰਾਨ ਵੀ ਹੁੰਨਾ ਪਿਆਵਾ ਅਫਸੋਸ ਵੀ ਕਰਨਾ ਪਿਆਵਾ ਅਫਸੋਸ ਇਸ ਤੋਂ ਕਰਦਾ ਪਿਆ ਵਾਂ ਕਿ ਅੱਜ ਦੀਆਂ ਜਿਹੜੀਆਂ ਨਾਮ ਨੇ ਉਹਨਾਂ ਦੇ ਉੱਤੇ ਪੜ ਪੜ ਕੇ ਤੇ ਬੜਾ ਦੁੱਖ ਹੁੰਦਾ ਪਿਆ ਏ ਦੁੱਖ ਇਸ ਤੋਂ ਹੁੰਦਾ ਪਿਆ ਏ ਕਿ ਸਾਡੇ ਲੋਕ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਇਸ ਪਾਰਟੀ ਦੇ ਰੁਕਾ ਨਾ ਜਾਂ ਜਿਹੜੀਆਂ ਮਨੋਰਟੀ ਵਿੰਗ ਬਣਾਈਆਂ ਗਈਆਂ ਨੇ ਉਹ ਸੋਚਦੇ ਨੇ ਕਿ ਅਸੀਂ ਨਾ ਹੀ ਹਿੱਸਾ ਬਣ ਕੇ ਤੇ ਬੜਾ ਕੰਮ ਕੀਤਾ ਮੈਨੂੰ ਅਫਸੋਸ ਏ ਉਹ ਮੇਰੇ ਭਰਾਓ ਪੈਸਾ ਵੀ ਤੁਸੀਂ ਆਪਣਾ ਲੰਮਦੇ ਜੇ ਰਿਪੋਰਟ ਵੀ ਤੁਸੀਂ ਆਪਣਿਆਂ ਦਾ ਉਹਨਾਂ ਨੂੰ ਚੁੱਕ ਚੁੱਕ ਕੇ ਮੋਢਿਆਂ ਤੇ ਲਾ ਕੇ ਪਾਉਂਦੇ ਜੇ ਲੇਕਿਨ ਜਦੋਂ ਮੈਂ ਲਿਸਟਾਂ ਪੜ੍ਹੀਆਂ ਨੇ ਜਦੋਂ ਮੇਰੇ ਕੋਲੇ ਸਾਰਾ ਕੁਝ ਆਇਆ ਹੈ ਤੇ ਵੇਖ ਕੇ ਤੇ ਪਰੇਸ਼ਾਨ ਹੋਇਆ ਮਾਂ ਤੇ ਮੈਂ ਕਵਾਂਗਾ ਯਾਰ ਕੁਝ ਗੌਰ ਕਰੋ ਗੌਰ ਕਰੋ ਕਿ ਤੁਹਾਡੀ ਹیثیت ਕੀ ਰਹਿ ਜਾਂਦੀ ਹੈ ਕੀ ਤੁਸੀਂ ਇਸ ਮੁਲਕ ਦੇ ਵਿੱਚ ਰਹਿ ਕੇ ਆਪਣੇ ਆਪ ਦਾ ਤਮਾਸ਼ਾ ਬਣ ਗਏ ਜੇ ਮੈਂ ਤੇ ਉਹਨਾਂ ਲੋਕਾਂ ਦੀ ਵੀ ਗੱਲ ਕਰਾਂਗਾ ਜਿਹੜੇ ਆਪਣੇ ਆਪ ਨੂੰ ਪਾਦਰੀ ਜਾਂ ਬਿਸ਼ਪ ਵੀ ਕਹ ਲਾਂਦੇ ਨੇ ਤੇ ਫਿਰ ਸੀਟਾਂ ਮੰਗਦੇ ਨੇ ਮੈਂ ਉਹਨਾਂ ਨੂੰ ਵੀ ਕਵਾਂਗਾ ਕੁਝ ਹੋਸ਼ ਦੇ ਨਾਲ ਖੁਣ ਲਵੋ ਤੁਹਾਡੀ ਤੇ ਆਪਣੀ ਗੱਲ ਬਗੈਰ ਕਿਸੇ ਸੀਰਤੋਂ ਵੀ ਮੰਨੀ ਜਾਂਦੀ ਏ ਤੇ ਜਿਹੜੇ ਮੇਰੇ ਭਾਈ ਮੈਂ ਉਹਨਾਂ ਦੇ ਨਾਮ ਵੀ ਲਵਾਂਗਾ ਔਰ ਨਹੀਂ ਵੀ ਲਵਾਂਗਾ ਨਾਮ ਇਸ ਤੋਂ ਲਵਾਂਗਾ ਕਿ ਜਿਨ੍ਹਾਂ ਨੇ ਬੜੀਆਂ ਮਿਹਨਤਾਂ ਪਾ ਕਿਸੇ ਨੇ ਨੂੰ ਲਿਖ ਜਿਹ ਮਿਹਨਤ ਕੀਤੀ ਕਿਸੇ ਨੇ ਪੀਪੀ ਦੇ ਵਿੱਚ ਮਿਹਨਤ ਕੀਤੀ ਹੈ ਕਿਸੇ ਨੇ ਤਹਿਰੀਕ ਇਨਸਾਫ ਚ ਮਿਹਨਤ ਕੀਤੀ ਹੈ ਅੱਜ ਤੁਹਾਨੂੰ ਉਹਨਾਂ ਦੇ ਪਿੱਛੇ ਸੁੱਟਿਆ ਹੈ ਮੈਂ ਤੇ ਆਪਣੇ ਭਰਾ ਇਜਾਜ਼ ਐਗਸਟੈਂਡ ਗਿਲ ਦੀ ਵੀ ਗੱਲ ਕਰਾਂਗਾ ਮੇਰੇ ਭਰਾ ਨੇ ਕਿੰਨਾ ਵੱਡਾ ਕੰਮ ਕੀਤਾ ਤੇ ਉਹਦਾ ਨਾਮ ਕਿਹੜੀ ਲਿਸਟ ਚ ਆ ਗਿਆ ਤੇ ਕਿੱਥੇ ਆਇਆ ਮੈਂ ਆਪਣੇ ਉਸ ਭਰਾ ਨੂੰ ਵੀ ਯਾਦ ਕਰਾਂਗਾ ਤਾਰੇ ਗਿਲ ਨੂੰ ਮੈਂ ਯਾਦ ਕਰਾਂਗਾ ਉਹਦਾ ਬਿਲਕੁਲ ਹੀ ਨਾਮ ਖਤਮ ਹੀ ਕਰ ਦਿੱਤਾ ਗਿਆ ਲੇਕਿਨ ਮੈਂ ਆਪਣੇ ਨਾ ਭਣ ਭਰਾਵਾਂ ਨੂੰ ਪਾਈਆਂ ਨੂੰ ਗੱਲ ਕਰਾਂਗਾ ਉਹਨਾਂ ਭੈਣਾਂ ਨੂੰ ਵੀ ਗੱਲ ਕਰਾਂਗਾ ਜਿਹੜੇ ਇਹਨਾਂ ਸੀਟਾਂ ਲਈ ਮਿਨੋਰਟੀ ਵਿੰਗਾ ਦੇ ਵਿੱਚ ਬਣ ਜਾਂਦੇ ਨੇ ਉਹ ਬਹੁਤ ਸਾਰੇ ਸਦਰ ਕਲਾਂਦੇ ਨੇ ਆਪਣੇ ਆਪ ਨੂੰ ਲੇਕਿਨ ਭਾਈਓ ਤੁਸੀਂ ਆਪਣੀ ਪਛਾਣ ਕਿਉਂ ਗਵਾਉਂਦੇ ਜੀ ਪੈਸਾ ਵੀ ਆਪਣਿਆਂ ਦੇ ਪਾਰਟੀਆਂ ਨੂੰ ਲਾਂਦੇ ਜੇ ਫੰਡ ਵੀ ਬੜੇ ਬੜੇ ਦੇਂਦੇ ਜੇ ਮੇਰੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਮੁxtਲਿਫ ਪਾਰਟੀਆਂ ਦੇ ਵਿੱਚ ਜਾਣ ਲਈ ਬੜਾ ਪੈਸਾ ਖਰਚ ਕੀਤਾ ਹੈ ਲੇਕਿਨ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਉਹਨਾਂ ਵਿਚਾਰਿਆਂ ਨੂੰ ਕੋਈ ਪੁੱਛਦਾ ਵੀ ਨਹੀਂ ਪਿਆ ਆਪਣਿਆਂ ਨੂੰ ਹੱਥ ਘੜੀਆਂ ਲਵਾਈਆਂ ਤੇ ਤੁਹਾਡੇ ਵੀ ਹੋਰ ਫਰاموش ਕਰ ਦਿੱਤੇ ਗਏ ਨੇ ਤੇ ਕੀ ਫਾਇਦਾ ਯਾਰ ਤੁਹਾਨੂੰ ਮੈਂ ਤੇ ਕਵਾਂਗਾ ਕਿਉਂ ਮੈਂ ਨਹੀਂ ਕਹਤਾ ਕਿ ਤੁਸੀਂ ਜਿਹੜੀਆਂ ਮਸੀਬ ਪਾਰਟੀਆਂ ਬਣੀਆਂ ਉਹਨਾਂ ਦਾ ਹਿੱਸਾ ਬਣੋ ਤੁਸੀਂ ਆਪ ਕਿਉਂ ਨਹੀਂ ਕੋਈ ਪਾਰਟੀ ਬਣਾ ਕੇ ਖੜੋ ਜਾਂਦੇ ਅਗਰ ਮੈਂ ਬਹੁਤ ਪਿੱਛੇ ਚਲਾ ਜਾਮਾ ਤੇ ਅਸੀਂ ਪਾਕਿਸਤਾਨ ਦੇ ਵਿੱਚ ਮੁਸਲਮ ਲੀਗ ਬਣਾਈ ਕਿਉਂ ਗਈ ਔਰ ਮੁਸਲਮ ਲੀਗ ਦਾ ਹਿੱਸਾ ਲੋਕ ਬਣੇ ਉਹਨਾਂ ਨੇ ਆਪਣੇ ਆਪ ਦਾ ਲੋਹਾ ਮਨਵਾਇਆ ਔਰ ਜਦੋਂ ਲੋਹਾ ਮਨਵਾਇਆ ਤੇ ਦੁਨੀਆ ਨੇ ਵੀ ਉਹ ਅਕਸੈਪਟ ਕਰ ਲਿਆ ਦੁਨੀਆ ਨੇ ਵੀ ਉਹਨੂੰ ਕਬੂਲ ਕਰ ਲਿਆ ਤੁਸੀਂ ਕਟੋਰਾ ਫੜ ਕੇ ਟੁਰਦੇ ਜੇ ਸੀਟਾਂ ਲਈ ਤੇ ੱਟਕੇ ਖਾਂਦੇ ਤਾਂ ਜ਼ਲੀਲ ਹੋ ਜਾਂਦੇ ਜੇ ੱਟਕੇ ਖਾਣੇ ਬੰਦ ਕਰੋ ਤੇ ਖੋਦੀ ਮੈਂ ਤੇ ਇੱਕ ਛੋਟੀ ਮਿਸਾਲ ਦਵਾਗਾ ਪਠਾਨ ਜਿਹੜਾ ਉਹ ਲੱਕੜੀ ਦੀ ਰੇੜੀ ਦੇ ਵਿੱਚ ਅੱਗ ਲੰਦਾ ਰੇੜੀ ਤੋਂ ਉਹ ਦੁਕਾਨ ਦੁਕਾਨ ਤੋਂ ਮਕਾਨ ਬਣਾ ਲਿੰਦਾ ਲੇਕਿਨ ਅਸੀਂ ਆਪਣਾ ਝੁਗਾ ਸਾੜਦੇ ਆ ਤੇ ਇਹਦੇ ਲਈ ਲਫ਼ਜ਼ ਬੋਲਾਂਗਾ ਤੇ ਸਾਡੇ ਜਿਹੜੇ ਕ੍ਰਿਸਚੀਅਨ ਨੇ ਉਹ ਮਕਾਨ ਵੇਚ ਕੇ ਦੁਕਾਨ ਬਣਾਉਂਦੇ ਨੇ ਨਾ ਮਕਾਨ ਰਹਿੰਦਾ ਨਾ ਦੁਕਾਨ ਰਹਿੰਦੀ ਹੈ ਕਿਉਂ ਤੁਸੀਂ ਆਪਣੀ ਹیثیت ਗਵਾਉਂਦੇ ਪੈ ਜੇ ਉਹ ਮੇਰੇ ਭਰਾਓ ਕੁਝ ਹੋਸ਼ ਦੇ ਨਾਲ ਕਲ ਲਵੋ ਅਜੇ ਵੀ ਤੁਹਾਡੇ ਕੋਲ ਵੇਲਾ ਹੈਗਾ ਜੀ ਅਜੇ ਵੀ ਵੇਲਾ ਹੈਗਾ ਏ ਤੋੜ ਦੇਣਾ ਕੁਸ਼ਕੋਲਾ ਨੂੰ ਤੋੜ ਦੇਣਾ ਤਖਤੀਆਂ ਨੂੰ ਜਿਹੜੀਆਂ ਤੁਹਾਡਾ ਤੁਹਾਡੀ ਹیثیت ਗਵਾ ਦਿੰਦੀਆਂ ਨੇ ਤੁਹਾਡੀ ਪਛਾਣ ਹੀ ਖਤਮ ਕਰਵਾਉਂਦੀਆਂ ਪਈਆਂ ਨੇ ਅਗਰ ਕਾਸ਼ ਕਿ ਤੁਸੀਂ ਮੇਰੀ ਗੱਲ ਨੂੰ ਸਮਝ ਜਾਓ ਕਾਸ਼ ਕਿ ਮੇਰੀ ਗੱਲ ਤੁਹਾਡੇ ਕਿਸੇ ਵੀ ਖਾਤੇ 'ਚ ਆ ਜਾਵੇ ਤੇ ਮੈਂ ਸਮਝ ਨਾ ਤੁਸੀਂ ਆਪਣੀ ਪਛਾਣ ਬਣਾ ਲੋਗੇ ਮੈਂ ਬਹੁਤ ਵੱਡੇ ਵੱਡੇ ਨਾਮ ਮੇਰੇ ਕੋਲ ਨੇ ਲੇਕਿਨ ਮੈਂ ਆਪਣੇ ਉਹਨਾਂ ਭਾਈਆਂ ਤੇ ਭੈਣਾਂ ਨੂੰ ਕਵਾਂਗਾ ਛੱਡ ਦਿਓ ਛੱਡ ਦਿਓ ਨਾ ਵਿੰਗਾ ਨੂੰ ਆਪਣੇ ਆਪ ਦੀ ਪਛਾਣ ਬਣਾ ਲਓ ਅੱਜ ਤੁਹਾਡੇ ਕੋਲ ਵੇਲਾ ਹੈ ਦੁਨੀਆ ਤੁਹਾਨੂੰ ਪਹਿਚਾਨ ਸਕਦੀ ਹੈ ਹੁਣ ਜ਼ਮਾਨਾ ਇਲੈਕਟ੍ਰੋਮੀਡੀਆ ਦਾ ਹੈ ਉਹ ਵੇਲਾ ਨਹੀਂ ਜਦੋਂ ਤੁਹਾਡੀ ਕੋ ਪਹਿਚਾਨ ਨਹੀਂ ਸੀ ਹੈਗੀ ਦੁਨੀਆ ਅੱਜ ਵੀ ਤੁਹਾਨੂੰ ਵੇਖਣਾ ਚਾਹੁੰਦੀ ਹੈ ਕਿ ਕਾਸ਼ ਕਿ ਤੁਸੀਂ ਆਪਣੀ ਪਹਿਚਾਨ ਖੁਦ ਬਣਾ ਲਓ ਲੇਕਿਨ ਤੁਸੀਂ ਤੇ ਕੁਛ ਕੋਲ ਫੜਿਆ ਹੈ ਤੋੜ ਦਿਓ ਕੁਛ ਕੋਲ ਮੇਰੇ ਭਰਾਓ ਜੇ ਤੁਸੀਂ ਅੱਜ ਕੁਛ ਕੋਲ ਨਾ ਤੋੜਿਆ ਤਾਂ ਤੁਸੀਂ ਆਪਣੀਆਂ ਨਸਲਾਂ ਨੂੰ ਵੀ ਇੱਕ ਕੁਛ ਕੋਲ ਦੇਵੋਗੇ ਉਹ ਵੀ ਮੰਗਣ ਤੇ ਲੱਗ ਪਣਗੇ ਤਹਾਡੇ ਬਾਰੇ ਚ ਤੇ ਬੜੀਆਂ ਵੱਡੀਆਂ ਗੱਲਾਂ ਲਿਖੀਆਂ ਨੇ ਤੁਸੀਂ ਬੜੀ عظیم ਕੌਮ ਹੈਗੇ ਜੇ ਲੇਕਿਨ ਤੁਸੀਂ ਆਪਣੀ ਪਹਿਚਾਨ ਗਵਾਉਂਦੇ ਪਏ ਜੇ ਮੈਂ ਦੇਖਣਾ ਵਾ ਬਹੁਤ ਸਾਰੇ ਲੋਕ ਇਹਨਾਂ ਨਾਲ ਪੈਸਾ ਲੰਮਦੇ ਪੈ ਨੇ ਕਿਤੇ ਸਦਰ ਬਣ ਜਾਂਦੇ ਨੇ ਕਿਤੇ ਜਨਰਲ ਸੈਕਟਰੀ ਬਣ ਜਾਂਦੇ ਨੇ ਕਿਸੇ ਵੀ ਪਾਰਟੀ ਦਾ ਭਾਵੇਂ ਉਹ ਤਹਿਰੀਕ ਇਨਸਾਫ ਹੈ ਭਾਵੇਂ ਉਹ ਨੂਨ ਲੀਗ ਹੈ ਭਾਵੇਂ ਉਹ ਕਾਫ ਲੀਗ ਹੈ ਆਵੇਂ ਉਹ ਪਰਪਰਟੀ ਹੈ ਲੇਕਿਨ ਤੁਸੀਂ ਆਪਣੀ ਪਛਾਣ ਇਹਨਾਂ ਦੇ ਵਿੱਚ ਜਾ ਕੇ ਗਵਾੜ ਜਾਂਦੇ ਜੇ ਮੈਂ ਤੇ ਕਈ ਦਫਾ ਅਸੈਂਬਲੀਆਂ ਦੇ ਵਿੱਚ ਤੁਹਾਡੇ ਲਈ ਲਫ਼ਜ਼ ਇੱਕੋ ਗੱਲ ਕੀਤੀ ਗਈ ਚੱਲ ਆਰਾਮ ਨਾਲ ਬਹਿ ਜਾ ਤੁਹਾਡੀ ਤੇ ਪਛਾਣ ਉੱਥੇ ਖਤਮ ਹੋ ਜਾਂਦੀ ਹੈ ਤੁਹਾਡੀ ਤੇ ਪਛਾਣ ਹੀ ਉੱਥੇ ਖਤਮ ਹੋ ਜਾਂਦੀ ਹੈ ਯਾਦ ਰੱਖੋ ਜਿਹੜਾ ਆਪਣੇ ਵੋਟਾਂ ਦੇ ਨਾਲ ਆਪਣੀ ਅਕਸਰੀਅਤ ਦੇ ਨਾਲ ਜਾਂਦਾ ਉਹਦੀ ਪਛਾਣ ਵੀ ਹੁੰਦੀ ਹੈ ਉਹ ਗੱਲ ਵੀ ਤਕੜੀ ਕਰਨੀ ਜਾਂਦਾ ਹੈ ਅਸੀਂ ਜਦੋਂ ਸਿਲੈਕਸ਼ਨ ਦੇ ਵਿੱਚ ਜਾਂਦੇ ਆ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਗੱਲ ਕੀ ਕਰਨੀ ਹੈ ਜਿੰਨੀ ਦੇਰ ਤੱਕ ਪਿੱਛੋਂ ਸਾਡਾ ਸੋਚ ਆਉਂ ਨਹੀਂ ਹੁੰਦਾ ਨਾ ਅਸੀਂ ਆਪਣੀ ਧੀਆਂ ਦੇ ਉੱਤੇ ਗੱਲ ਕਰ ਸਕਨੇ ਆ ਨਾ ਆਪਣੀ ਭੈਣਾਂ ਦੀ ਗੱਲ ਕਰ ਸਕਨੇ ਆ ਨਾ ਆਪਣੀ ਕੌਮ ਦੀ ਗੱਲ ਕਰ ਸਕਨੇ ਆ ਜਾਂਦੇ ਸਿਰਫ ਸਾਨੂੰ ਲੱਕੜ ਦੇ ਬਾਂਦਰ ਬਣਾ ਕੇ ਉੱਥੇ ਬਿਠਾਇਆ ਜਾਂਦਾ ਮੈਂ ਕਈ ਦਫਾ ਆਪਣੇ ਭਰਾ ਤਰਕ ਗਿਲ ਤੋਂ ਖੁਸ਼ ਵੀ ਨਾਵਾ ਉਹਨੇ ਕਈ ਦਫਾ ਤਕੜੀ ਗੱਲ ਕੀਤੀ ਹੈ ਲੇਕਿਨ ਉਹ ਕਿਤੇ ਕਿਤੇ ਹੌਸਲਾ ਵਹਾ ਕੇ ਤੇ ਮੇਰੇ ਖਿਆਲ ਚ ਜਿਹੜਾ ਤਗੜੀ ਗੱਲ ਕਰੇਗਾ ਉਹਨੂੰ ਪਾਰਟੀ ਪਿਛਾ ਵੀ ਕਰ ਸਕਦੀ ਹੈ ਮੇਰੇ ਅਜ਼ੀਜ਼ੋ ਮੇਰੇ ਭਰਾਓ ਮੇਰੀ ਗੱਲ ਤੇ ਗੌਰ ਕਰੋ ਤੁਸੀਂ ਵੇਖਦੇ ਹੋ ਯਹਨਾਬਾਦ ਦਾ ਇੱਕ ਬੜਾ ਅੱਛਾ ਇੱਕ ਨਮੂਨਾ ਹੈ ਕਿਉਂਕਿ ਐਡੀਆਂ ਵੱਡੀਆਂ ਬਾਦੀਆਂ ਨੇ ਬਾਹਰ ਕੋਈ ਨਹੀਂ ਐਡੀ ਵੱਡੀ ਬਾਦੀ ਹੈ ਯਹਨਾਬਾਦ ਐਡੀ ਵੱਡੀ ਬਾਦੀ ਹੈ ਲੇਕਿਨ ਉਥੋ ਕੋਈ ਨਹੀਂ ਐ ਐਮਪੀਆਮ ਨੇ ਚੁੱਕਿਆ ਗਿਆ ਲੇਕਿਨ ਤੁਸੀਂ ਵੇਖਦੇ ਹੋ ਉਥੋ ਇੱਕੋ ਹੀ ਚੇਅਰਮੈਨ ਉਹਨਾਂ ਦੇ ਜਦੋਂ ਨਾਜ਼ਮ ਬਣਾਏ ਤੇ ਯੋਨਾਬਦ ਅਕਸਰੀਅਤ ਦੇ ਨਾਲ ਉਹ ਜਿੱਤ ਗਿਆ ਕਾਸ਼ ਕਿ ਅਸੀਂ ਆਪਣਾ ਕੱਠ ਵਹਾ ਲਈਏ ਮੈਨੂੰ ਤੇ ਸ਼ਰਮ ਨਾਲ ਕਹਿਣਾ ਪੈਂਦਾ ਕਿ ਅਸੀਂ ਆਪਣੀਆਂ ਬਾਦੀਆਂ ਦੇ ਅੰਦਰ ਵੀ ਪਾਰਟੀਆਂ ਬਾਜ਼ੀਆਂ ਕਰਕੇ ਤੇ ਆਪਣੇ ਇੱਕ ਦੂਜੇ ਦੇ ਨਾਲ مخالਫਤਾ ਪੈਦਾ ਕੀਤੀਆਂ ਨੇ ਇੱਕ ਦੂਜੇ ਨੂੰ ਕਤਲ ਕਰਨ ਤੱਕ ਪਹੁੰਚਨੇ ਪਿਆ। ਯਾਦ ਰੱਖੋ ਜਿਸ ਕੌਮ ਦਾ ਕੱਠ ਨਹੀਂ ਹੁੰਦਾ ਉਹਦੀ ਪਹਿਚਾਨ ਵੀ ਨਹੀਂ ਜੁ ਹੁੰਦੀ। ਜਦੋਂ ਅਸੀਂ ਆਪਣਾ ਕੱਠ ਕਰ ਲਿਆ ਤੇ ਖਾਲੀ ਪਾਕਿਸਤਾਨੀ ਨਹੀਂ ਪੂਰੀ ਦੁਨੀਆ ਵੀ ਸਾਨੂੰ ਮੰਨੇਗੀ। ਮੈਂ ਅੱਜ ਦੀ ਇਸ ਗੱਲ ਦੇ ਨਾਲ ਤੁਹਾਨੂੰ ਕਹਿਣਾ ਚਾਹ ਰਿਹਾ ਵਾਂ ਉਹ ਮੇਰੇ ਭਰਾ ਕੁਝ ਹੋਸ਼ ਦੇ ਨਾਲ ਲੈ ਲੋ। ਉਹ ਕੁਝ ਗੱਲ ਮੇਰੀ ਦੇ ਗੌਰ ਕਰ ਲੋ। ਜੇ ਤੁਸੀਂ ਗੌਰ ਨਾ ਨਾ ਕੀਤਾ ਤਾਂ ذلیل ਤੇ ਜੇ ਵੀ ਕਈਆਂ ਜਗ੍ਹਾਤ ਹੁੰਦੇ ਆ ਮੈਂ ਵੇਖਣਾ। ਇੱਕ ਐਮਐਨਏ ਤੇ ਸਾਡੇ ਮੁਸਲਮਾਨ ਭਾਈਆਂ ਦਾ ਕਾਉਂਸਲਰ ਉਹਦੀ ਗੱਲ ਤਗੜੀ ਹੋ ਜਾਂਦੀ ਏ ਤੇ ਮੇਰੇ ਐਮਪੀਆ ਜਾਂ ਐਮਐਨਏ ਦੀ ਗੱਲ ਦੀ ਬੈਲੀਏ ਨਹੀਂ ਹੁੰਦੀ ਮੇਰਾ ਐਮਪੀ ਐਮਐਨਏ ਫੇਰ ਉਥੇ ਕਿਉਂਕਿ ਉਹ ਸਿਲੈਕਸ਼ਨ ਦੇ ਜ਼ਰੀਏ ਗਿਆ ਹੁੰਦਾ ਤੇ ਉਹ ਕਾਉਂਸਲਰ ਜਿਹੜਾ ਹੈ ਨਾ ਉਹ ਵੋਟਾਂ ਦੇ ਰੜ ਗਿਆ ਹੁੰਦਾ ਉਹ ਕਾਉਂਸਲਰ ਦੀ ਗੱਲ ਮੰਨੀ ਜਾਂਦੀ ਏ ਇਹ ਮੈਂ ਖਾਲੀ ਥਾਣੇ ਦੀ ਗੱਲ ਕਰਨਾ ਪਿਆਵਾ ਉਥੇ ਉਹਦੀ ਗੱਲ ਮੰਨੀ ਜਾਂਦੀ ਏ ਤੇ ਸਾਡਾ ਐਮਪੀ ਐਮਐਨਏ ਫੇਰ ਉਥੇ ਪੈਸੇ ਦੇ ਕੇ ਨਿਕਲਦਾ ਇਹ ਕੋ ਸਾਡੀ ਤਗੜੀ ਗੱਲ ਨਹੀਂ ਕਾਸ਼ ਕਿ ਮੇਰੇ ਭਰਾਓ ਘੌਰ ਕਰੋ ਕਿ ਅਸੀਂ ਇੰਜੀ ਸੀ ਲੀਲ ਹੁੰਦੇ ਰਵਾਂਗੇ ਜਿੰਨੇ ਤਗੜੀ ਗੱਲ ਕਰਨੀ ਹੈ ਉਹ ਪਿਛਾ ਸੋਡ ਦਿੱਤਾ ਜਾਏਗਾ ਜਿੰਨੇ ਖਾਸ ਤੌਰ ਤੇ ਮਿੱਠੂ ਤੋਤਾ ਬੰਨਾ ਜੋ ਹਜ਼ੂਰ ਕਹਿਣਗੇ ਉਸੇ ਗੱਲ ਨੂੰ ਮੂੰਹੋਂ ਬੋਲਦਾ ਤੇ ਫਿਰ ਯਾਦ ਰੱਖੋ ਸਾਡੀਆਂ ਇੱਜ਼ਤਾਂ ਵੀ ਲੁੱਟੀਆਂ ਜਾਣਗੀਆਂ ਸਾਡੇ ਪਿੰਡਾਂ ਦੇ ਵੀ ਅੱਗਾਂ ਲਾਏ ਜਾਣਗੀਆਂ ਸਾਡੇ ਮੱਲਿਆਂ ਦੇ ਵਿੱਚ ਹਰ ਦਮ ਜ਼ਿਆਤੀਆਂ ਵੀ ਹੁੰਦੀਆਂ ਰਹਿਣਗੀਆਂ ਕਾਸ਼ ਕਿ ਸਾਨੂੰ ਸਮਝ ਆ ਜਾਏ ਅਸੀਂ ਵੀ ਆਪਣੇ ਹੱਕ ਦੇ ਨਾਲ ਵੋਟ ਪਾਈਏ ਤੇ ਆਪਣਾ ਹੱਕ ਲੈਣ ਲਈ ਆਪਣੇ ਕਦਮ ਵਧਾਈਏ ਸਾਡੇ ਅਸੀਂ ਤਾਂ ਪੈਰ ਹੀ ਨਹੀਂ ਪੁੱਟ ਪਾਉਂਦੇ ਪਏ ਕਿਉਂਕਿ ਸਾਡੇ ਆਪਣੇ ਜਾ ਕੇ ਪਹਿਲੇ ਝੋਲੀਆਂ 'ਚ ਜਾ ਕੇ ਬਹਿ ਜਾਂਦੇ ਨੇ ਤੇ ਜਦੋਂ ਤੁਸੀਂ ਲੋਕਾਂ ਦੀਆਂ ਝੋਲੀਆਂ 'ਚ ਬਹੋਗੇ ਉਹਦਾ ਦਿਲ ਕਰੇ ਤੁਹਾਡੇ ਮੂੰਹ 'ਚ ਬੁਰਕੀ ਪਾਵੇ ਤੇ ਦਿਲ ਕਰੇ ਤੁਹਾਡੇ ਮੂੰਹ 'ਚ ਫੀਡਰ ਤੰਨ ਦੇਵੇ ਇਹ ਉਹਦੀ ਮਰਜ਼ੀ ਹੈ ਲੇਕਿਨ ਮੈਂ ਇਹ ਗੱਲ ਜ਼ਰੂਰ ਤੁਹਾਨੂੰ ਕਵਾਂਗਾ ਕਿ ਪੂਰੀ ਰੋਟੀ ਖਾਓ ਨਾਗੇ ਹੀ ਸੇਵਨ ਦੀ ਪੂਰੀ ਰੋਟੀ ਉਹ ਜਦੋਂ ਕਿ ਜਦੋਂ ਤੁਸੀਂ ਕੌਮ ਨੂੰ ਲੈ ਕੇ ਤੁਰੋਗੇ ਤੋੜ ਦਿਓਗੇ ਆਪਣੇ ਇੱਕ ਸਕੂਲ ਤੋੜ ਦਿਓਗੇ ਬਾਹਰ ਦੀਆਂ ਤਖਤੀਆਂ ਕਿ ਮੈਂ ਨੌਨ ਲੀਗ ਦਾ ਵਾਂ ਮੈਂ ਮੈਂ ਪੀਟੀਆਈ ਦਾ ਵਾਂ ਮੈਂ ਪੀਪਲ ਪਾਰਟੀ ਦਾ ਵਾਂ ਮੈਂ ਫਲਾਣਾ ਜਮਾਤ ਮੈਂ ਫਲਾਣਾ ਜਮਾਤ ਅੱਜ ਆਪਣੀ ਪਛਾਣ ਆਪ ਬਣੋ ਆਪਰੇਖ ਤੇ ਜਦੋਂ ਪਛਾਣ ਬਣੋਗੇ ਨਾ ਤੇ ਦੁਨੀਆ ਵੀ ਉਸ ਬੰਦੇ ਨੂੰ ਮੰਨਦੀ ਏ ਦੁਨੀਆ ਨੂੰ ਮੰਨਦੀ ਏ ਕਿ ਬੰਦਾ ਸਹੀ ਏ ਲੇਕਿਨ ਜਿਹੜਾ ਦਰਦ ਦਰਦ ਦਾ ਬਣ ਜਾਂਦਾ ਉਹਨੂੰ ਕਦੀ ਲੈਲੀ ਹੋਣੀ ਜੇ ਮਲਦੀ ਤੇ ਕਹਿੰਦੇ ਨੇ ਬਹੁਤਿਆਂ ਘਰਾਂ ਦਾ ਪਰੌਣਾ ਭੁੱਖਾ ਰਹਿ ਜਾਂਦਾ ਆਪਾਂ ਇੰਜ ਦੇ ਨਾ ਰਹੀਏ ਅਸੀਂ ਇੱਕ ਕੌਮ ਬਣ ਜਾਈਏ ਆਪਣੇ ਅੰਦਰੋਂ ਇਹ ਜਨੀਆਂ ਮਿਨੋਰਟੀ ਵਿੰਗਾਂ ਨੇ ਇਹਨਾਂ ਨੂੰ ਵੀ ਤੋੜ ਦਿਓ ਮੈਂ ਇੱਕ ਗੱਲ ਮੈਂ ਬਾਰ-ਬਾਰ ਕਹਿਣਾ ਪਿਆਵਾ ਇਹ ਤੋੜ ਦਿਓ ਜਦੋਂ ਤੋੜ ਦਿੱਤਾ ਉਦੋਂ ਤੁਸੀਂ ਯਾਦ ਰੱਖੋ ਪਛਾਣ ਵਾਲੇ ਬਣ ਜਾਓਗੇ ਤੁਹਾਡੀ ਗੱਲ ਵੀ ਕੋਈ ਮੰਨੇਗਾ ਇੱਥੇ ਦੇ ਲੋਕੀ ਜਦੋਂ ਕੋਈ ਐਸਾ ਮਾਮਲਾ ਹੁੰਦਾ ਤੇ ਜਾ ਕੇ ਕਹਿੰਦੇ ਨੇ ਆਲਮੀ ਬਰਾਦਰੀ ਨਾਲ ਗੱਲ ਕਰਾਂਗੇ ਉਹ ਤੁਸੀਂ ਤੇ ਖੁਦ ਗੱਲ ਕਰਨ ਵਾਲੇ ਜੀ ਜੋ ਆਪਣੀ ਪਹਿਚਾਨ ਗਵਾਉਂਦੇ ਪੈ ਜੇ ਉਹ ਤੁਸੀਂ ਬਾਜ਼ ਦੇ ਬੱਚੇ ਹੋ ਤੁਸੀਂ ਕਿਉਂ ਕੁਕੜੀਆਂ ਦੇ ਨਾਲ ਗੰਦ ਫਰੋੜ ਕੇ ਆਪਣੀ ਖੁਰਾਕ ਤਲਾਸ਼ ਕਰਦੇ ਪੈ ਜੇ ਰੋਟੀਆਂ ਤੁਹਾਡੇ ਹੀਰੇ ਜਿਹੜੇ ਨਾ ਰੂੜੀਆਂ 'ਚ ਨਹੀਂ ਦੱਬੇ ਤੁਸੀਂ ਬਾਜ਼ ਦੇ ਤੇ ਬਾਜ਼ ਹਵਾਵਾਂ ਦੇ ਵਿੱਚ ਆਪਣੀ ਖੁਰਾਕ ਤਲਾਸ਼ ਕਰਦੇ ਨੇ ਉਹ ਜਿਵੇਂ ਇੱਕ ਮਿਸਾਲ ਹੈ ਇੱਕ ਬਾਜ਼ ਦਾ ਅੰਡਾ ਕਿਸੇ ਨੇ ਚੋਰੀ ਕਰਕੇ ਤੇ ਕੁਕੜੀ ਦੇ ਅੰਡੇ 'ਚ ਰੱਖ ਦਿੱਤਾ ਤੇ ਜਦੋਂ ਕੁਕੜੀ ਅੰਡੇ ਤੇ ਬੈਠੀ ਉਹ ਬਾਜ਼ ਦਾ ਬੱਚਾ ਵੀ ਨਿਕਲ ਆਇਆ ਲੇਕਿਨ ਕੁਕੜੀ ਦੇ ਨਾਲ ਉਹ ਵੀ ਰੂੜੀਆਂ ਜੋ ਆਪਣੀ ਖੁਰਾਕ ਲੱਗ ਲੱਭਣ ਲੱਗ ਪਿਆ ਲੇਕਿਨ ਇੱਕ ਵਕਤ ਆਇਆ ਜਦੋਂ ਬਾਜ਼ ਨੇ ਅਡਾਰੀ ਮਾਰ ਕੇ ਵੇਖਿਆ ਤੇ ਰੋ ਪਿਆ ਰੋਇਆ ਇਸ ਤੋਂ ਕਿ ਬੱਚਾ ਤੇ ਮੇਰਾ ਸੀ ਪਰ ਖੁਰਾਕ ਰੂੜੀਆਂ ਚ ਲੱਭਦਾ ਪਿਆ ਉਹਨੇ ਅਡਾਰੀ ਮਾਰ ਕੇ ਉਹਨੂੰ ਲੱਭਿਆ ਔਰ ਉਹਨੂੰ ਉੱਤੇ ਲੈ ਗਿਆ ਔਰ ਉਹਨੂੰ ਦੱਸਿਆ ਕਿ ਪੁੱਤਰ ਤੂੰ ਬਾੜ ਦਾ ਪੁੱਤਰ ਏ ਤੇਰੀ ਖੁਰਾਕ ਹਵਾਵਾਂ ਦੇ ਵਿੱਚ ਏ ਤੁਸੀਂ ਬੜੀ ਵੱਡੀ ਪਛਾਣ ਦੇ ਮਾਲਕ ਹੋ ਬਣ ਜਾ ਇੱਕ ਕੌਮ ਬਣ ਜਾ ਇੱਕ ਕੌਮ ਜਦੋਂ ਵੀ ਕਿਸੇ ਕੌਮ ਨੇ ਆਪਣੀ ਪਛਾਣ ਦਿੱਤੀ ਤੇ ਦੁਨੀਆ ਨੇ ਉਹਨੂੰ ਮੰਨਿਆ ਅੱਜ ਪਾਕਿਸਤਾਨ ਮਾਦਰੇ ਵਜੂਚ ਆਇਆ ਇਹਦੇ ਪਿੱਛੇ ਇੱਕ ਕਹਾਣੀ ਏ ਕਿ ਕੌਮ ਨੇ ਸਾਡੇ ਮੁਸਲਮਾਨ ਪਾਈਆਂ ਨੇ ਇਸ ਕੌਮ ਨੇ ਆਪਣੇ ਆਪ ਨੂੰ ਬਣਵਾਇਆ ਤੇ ਦੁਨੀਆ ਨੂੰ ਮੰਨਣਾ ਪਿਆ ਕਿ ਇਹ ਵੀ ਇੱਕ ਕੌਮ ਹੈਗੀ ਏ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਗਵਾਚੇ ਫਿਰਦੇ ਪਏ ਜੀ ਮੇਰੀ ਸਮਝ ਤੋਂ ਬਾਹਰ ਹੈ ਅਸੀਂ ਕੌਮ ਕਿੱਥੇ ਗਵਾਚੀ ਪਏ ਆ ਅੱਜ ਮੇਰੀ ਗੱਲ ਨੂੰ ਸਮਝ ਜਾਓ ਮਿਹਰਬਾਨੀ ਕਰਕੇ ਮੈਂ ਤੁਹਾਡੇ ਕੇ ਮਿੰਨਤ ਵਾਲੀ ਗੱਲ ਕਰਨਾ ਪਿਆਵਾ ਮਿੰਨਤ ਕਰਨਾ ਪਿਆਵਾ ਤੇ ਖੁਸ਼ੀ ਇਸ ਤੋਂ ਨਾਵਾ ਕਿ ਯਾਰ ਵੇਖ ਲਓ ਤੁਸੀਂ ਕਿੰਨੀਆਂ ਮਿਹਨਤਾਂ ਕੀਤੀਆਂ ਹੋਣਗੀਆਂ ਇਨੇ ਨੇ ਆਪਣੇ ਬੈਨਰ ਲਗਵਾਏ ਹੋਣਗੇ ਬੜੀਆਂ ਵੱਡੀਆਂ ਵੱਡੀਆਂ ਕਈਆਂ ਨੇ ਤੇ ਘਰਾਂ 'ਚ ਫੋਟੋਆਂ ਲਾਈਆਂ ਨੇ ਤ ਤੁਸੀਂ ਕਾਗੇ ਸਾਡੇ ਲੀਡਰ ਨੇ ਜਿਹੜਾ ਲੀਡਰ ਹੁੰਦਾ ਹੈ ਉਹ ਆਪਣੀ ਕੌਮ ਦੀ ਗੱਲ ਕਰਦਾ ਹੈ ਲੀਡਰ ਬਣੋ ਮੈਂ ਤੁਹਾਨੂੰ ਕਹਾਂਗਾ ਤੁਸੀਂ ਲੀਡਰ ਬਣੋ ਸਿਲੇਕਸ਼ਨ ਦਾ ਇਸ਼ਾਰਾ ਨਾ ਬਣੋ ਜਦੋਂ ਲੀਡਰ ਬਣੋਗੇ ਲੀਡਰ ਨੂੰ ਉਹਦੇ ਮਰਨ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਹੈ ਅੱਜ ਕਈ ਦੇ ਆਜ਼ਮ ਉਸ ਦੁਨੀਆ 'ਚ ਨਹੀਂ ਹੈਗੇ ਲੇਕਿਨ ਅੱਜ ਵੀ ਪੂਰੀ ਕੌਮ ਨੂੰ ਮੰਨਦੀ ਹੈ ਕਿ ਉਹ ਲੀਡਰ ਹੈਗਾ ਲekin ਜਦੋਂ ਸਿਲੈਕਸ਼ਨ ਵਾਲਾ ਹੁੰਦਾ ਉਹਦੀ ਕਦੀ ਕੋਈ ਪਛਾਣ ਨਹੀਂ ਜੀ ਹੁੰਦੀ ਤੋੜ ਦਿਓ ਤੋੜ ਦਿਓ ਇਸ ਕਸ਼ਕੋਲ ਨੂੰ ਤੋੜ ਦਿਓ ਇਸ ਕਸ਼ਕੋਲ ਨੂੰ ਤੇ ਤੁਹਾਡੀ ਪਛਾਣ ਹੋ ਜਾਵੇਗੀ ਜੀ ਮਿਹਰਬਾਨੀ ਕਰਕੇ ਅੱਜ ਇਸ ਗੱਲ ਨੂੰ ਸੁਣ ਲਵੋ ਸ਼ਾਇਦ ਮੇਰੀ ਗੱਲ ਤੁਹਾਡੇ ਕਿਸੇ ਵੀ ਜ਼ੇਨ ਦੇ ਖਾਤੇ 'ਚ ਦਿਲ ਦੇ ਖਾਨੇ 'ਚ ਵੜ ਜਾਵੇ ਤੇ ਜੇ ਇਹ ਗੱਲ ਵੜ ਗਈ ਤੇ ਮੈਂ ਇਹ ਕਹਿ ਸਕਣਾ ਵਾਂ ਕਿ ਤੁਹਾਡੇ ਅੰਦਰ ਕੋਈ ਲੀਡਰ ਜਨਮ ਲੈ ਲੇਗਾ ਚੁਕੇ ਚੁਪਚੀ ਬੀਤਿਆਂ ਇਹ ਲੀਡਰ ਚੁਕੇ ਜਾਂਦੇ ਨੇ ਜਿਨ੍ਹਾਂ ਨੂੰ ਕੌਮ ਹੀ ਨਹੀਂ ਜਾਣਦੀ ਹੁੰਦੀ ਜਿਨ੍ਹਾਂ ਦੀ ਕੋਈ ਪਛਾਣ ਹੀ ਨਹੀਂ ਹੁੰਦੀ ਬਹੁਤ ਸਾਰੇ ਐਸੇ ਸਾਡੇ ਦੋਸਤ ਹੈਗੇ ਨੇ ਜਿਨ੍ਹਾਂ ਨੇ ਗਲੀਆਂ ਮੱਲਿਆਂ ਦੇ ਵਿੱਚ ਸ਼ਾਸਨ ਸ਼ੁਰੂ ਕੀਤੀ ਉਹਨਾਂ ਨੂੰ ਪਛਾਣ ਵੀ ਮਿਲੀ ਲੇਕਿਨ ਮੈਂ ਉਹਨਾਂ ਨੂੰ ਵੀ ਕਵਾਂਗਾ ਤੁਸੀਂ ਕੌਮ ਦੇ ਵਿੱਚ ਇਨਾ ਕੰਮ ਕੀਤਾ ਇਨਾ ਕੁਝ ਕਰਨ ਦੇ ਬਾਵਜੂਦ ਤੁਹਾਡੀ ਪਛਾਣ ਖਤਮ ਹੈ ਤੇ ਆਓ ਅੱਜ ਇਸ ਗੱਲ ਤੇ ਗੌਰ ਕਰ ਲਈਏ ਮੈਂ ਅੱਜ ਇਸੇ ਲਈ ਹਾਜ਼ਰ ਹੋਇਆ ਹਾਂ ਅੱਜ ਦੀ ਗੱਲ ਪ੍ਰੋਗਰਾਮ ਲੈ ਕੇ ਅੱਜ ਦੀ ਗੱਲ ਕਾਸ਼ ਕੇ ਤੁਹਾਨੂੰ ਸਮਝ ਆ ਜਾਵੇ ਤੇ ਇਸ ਗੱਲ ਤੇ ਗੌਰ ਕਰਕੇ ਮੇਰੇ ਭਰਾਓ ਤੇ ਮੇਰੀਆਂ ਭੈਣੋ ਮੇਰੀਆਂ ਉਹ ਵੀ ਭੈਣਾਂ ਜਿਹੜੀਆਂ ਮੁxtਲਫ ਪਾਰਟੀਆਂ ਦੇ ਹਿੱਸਾ ਬਣੀਆਂ ਹਨੇ ਮੈਂ ਉਹਨਾਂ ਤੇ ਵੀ ਹੱਥ ਜੋੜ ਕੇ ਅਪੀਲ ਕਰਾਂਗਾ ਉਹ ਮੇਰੀਆਂ ਭੈਣੋ ਕੌਮਾਂ ਤੁਸੀਂ ਕੌਮਾਂ ਨੂੰ ਜਨਮ ਦੇ ਲਾ ਲੀਆਂ ਜੇ ਇੱਕ ਔਰਤ ਇੱਕ ਬੱਚੇ ਨੂੰ ਜਨਮ ਨਹੀਂ ਦਿੰਦੀ ਉਹ ਕੌਮ ਨੂੰ ਜਨਮ ਦਿੰਦੀ ਹੈ ਜੇ ਤੁਸੀਂ ਮੇਰੀ ਗੱਲ ਸਮਝ ਗਈਆਂ ਤੇ ਮੇਰੇ ਖਿਆਲ ਚ ਤੁਸੀਂ ਇੱਕ ਕੌਮ ਨੂੰ ਜਨਮ ਦੇਵੋਗੀਆਂ ਇੱਕ ਅੱਛਾ ਲੀਡਰ ਜਨਮ ਦੇਵੋਗੀਆਂ ਪਰ ਉਸ ਤੋਂ ਪਹਿਲਾਂ ਜਿਵੇਂ ਕਾਇਦ ਆਜ਼ਮ ਨੇ ਕਿਹਾ ਤੁਸੀਂ ਮੈਨੂੰ ਪੜੀਆਂ ਲਿਖੀਆਂ ਮਾਵਾਂ ਦੇ ਦਿਓ ਮੈਂ ਤੁਹਾਨੂੰ ਪੜੀ ਲਿਖੀ ਕੌਮ ਦੇ ਦਿਆਂਗਾ ਤੇ ਮੈਂ ਅੱਜ ਇੱਕ ਗੱਲ ਅੱਜ ਆਪਣੇ ਇਸ ਪ੍ਰੋਗਰਾਮ ਦੇ ਹਵਾਲੇ ਨਾ ਕਰਾਂਗਾ ਕਿ ਮੇਰੀਆਂ ਭੈਣੋ ਮੈਂ ਚਾਹੁੰਦਾ ਜੇ ਕੋਈ ਮੇਰੀ ਭੈਣ ਮੇਰੀ ਗੱਲ ਤੇ ਅਮਲ ਕਰ ਲਵੇ ਤੇ ਉਹ ਇੱਕ ਅੱਛਾ ਲੀਡਰ ਜਨਮ ਨਹੀਂ ਦੇਗੀ ਬਲਕਿ ਉਹ ਇੱਕ ਅੱਛਾ ਲੀਡਰ ਬਣ ਕੇ ਤੇ ਕੌਮ ਦੀ ਨੁਮਾਇੰਦਗੀ ਵੀ ਕਰੇਗੀ ਤੋਤਾ ਬਣ ਕੇ ਕਿਸੇ ਦੀ ਗੱਲ ਨਾ ਕਰੋ ਬਲਕਿ ਆਪਣੀ ਕੌਮ ਦੀ ਗੱਲ ਕਰੀਏ ਤੇ ਗੌਰ ਕਰੀਏ ਕਿ ਮੈਂ ਗੱਲ ਕੀ ਕਰਨਾ ਪਿਆਵਾ ਮੇਰੇ ਕੈਮਰਾਮੈਨ ਪਿਆਰਾ ਸਾਹਿਬ ਤੁਹਾਨੂੰ ਸਾਰੀਆਂ ਲਿਸਟਾਂ ਵਹਾਂਦੇ ਬੈਨੇ ਕਿ ਜਿਹੜੀਆਂ ਲਿਸਟਾਂ ਦੇ ਵਿੱਚ ਸਾਡੇ ਬਹੁਤ ਸਾਰੇ ਐਸੇ ਲੀਡਰ ਐਸੇ ਬਹੁਤ ਸਾਰੇ ਕਾਰਕੁੰਨ ਜਿਨ੍ਹਾਂ ਨੇ ਆਪਣਾ ਲੱਖੋ ਰੁਪਿਆ ਪਾਰਟੀਆਂ ਦੇ ਵਿੱਚ ਇਨਵੈਸਟ ਕੀਤਾ ਹੈ ਲੇਕਿਨ ਉਹ ਬਹੁਤ ਪਿੱਛੇ ਨੇ ਮੈਂ ਉਹਨਾਂ ਭਰਾਵਾਂ ਨੂੰ ਕਵਾਂਗਾ ਯਾਰ ਇਹੋ ਹੀ ਤੁਸੀਂ ਪੈਸਾ ਆਪਣੀ ਪਾਰਟੀ ਬਣਾਉਣ ਤੇ ਲਾਓ ਆਪਣੇ ਆਪ ਨੂੰ ਖੜਾ ਕਰੋ ਤੇ ਕੌਮ ਨੂੰ ਇੱਕ ਪਲੇਟਫਾਰਮ ਤੇ ਲੈ ਆਈਏ ਤਾਂ ਦੁਨੀਆ ਤੁਹਾਡੇ ਪਿੱਛੇ ਖੜਨ ਲਈ ਤਿਆਰ ਹੈ ਮੈਂ ਇਸ ਗੱਲ ਦੇ ਨਾਲ ਆਪਣੇ ਇਸ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਅੱਜ ਦੀ ਗੱਲ ਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਵਾਂ ਤੇ ਕਾਸ਼ ਕਿ ਮੇਰੀ ਗੱਲ ਤੁਹਾਡੇ ਤੱਕ ਜੇ ਪਹੁੰਚਦੀ ਪਈਏ ਤੇ ਜੇ ਅਮਲਨ ਹੋ ਗਿਆ ਕੰਮ ਤੇ ਮੈਂ ਸਮਝਾਂਗਾ ਇਹ ਸਾਡੀ ਕੋਸ਼ਿਸ਼ ਕਾਰਮਦ ਹੋ ਗਈਏ ਤੇ ਅਸਾਂ ਇੱਕ ਲੀਡਰ ਪੈਦਾ ਕਰਨ ਲਈ ਮਿਹਨਤ ਪੂਰੀ ਕਰ ਲਈਏ ਰੱਬ ਰਾਖਾ ਸਭ ਨੂੰ ਸਲਾਮ